ਫਰੀ ਜੀ ਕਹਿੰਦੇ ਫ੍ਰੀਦਾ ਜਿੰਨੀ ਕਮੀ ਨਾਹੀਂ ਗੁਣ ਜਿਹੜੇ ਕੰਮਾਂ ਨੂੰ ਕਰਨ ਕਰਕੇ ਕੋਈ ਗੁਣ ਨਹੀਂ ਹੋ ਰਿਆ ਤੇਰਾ ਪਰਮਾਤਮਾ ਨਾਲ ਵੀ ਮਿਲਾਪ ਨਹੀਂ ਹੋ ਰਿਆ ਔਰ ਇਹ ਜੀਵਨ ਵੀ ਤੁਸੀਂ ਸੁਖੀ ਨਹੀਂ ਜੀ ਰਹੇ ਹੁਣ ਘਰ ਚ ਲੜਾਈਆਂ ਇਹ ਸਾਰਾ ਕੁਝ ਕਿਉਂ ਹੋ ਰਿਹਾ ਆਹੀ ਇਹ ਦੇ ਕਰਕੇ ਨਾ ਖਿੱਚੋ ਤਾਨ ਮੇਰੇ ਕੋਲ ਹੋਏ ਮੈਂ ਆ ਇਹ ਕੌਣ ਹੁੰਦਾ ਕਰਨ ਵਾਲਾ ਇਹ ਕੌਣ ਹੁੰਦਾ ਮੈਨੂੰ ਕੁਝ ਕਹਿਣ ਵਾਲਾ ਤੇਰਾ ਕੁਝ ਨਹੀਂ ਐ ਮੈਂ ਕਮਾਨਾ ਮੈਂ ਖਾਨਾ ਮੈਂ ਸਾਰਿਆਂ ਨੂੰ ਦੇ ਰਿਆਂ ਉਹਦੀ ਮਰਜ਼ੀ ਹੋਏ ਨਾ ਤੇ ਇੱਕ ਮਿੰਟ ਚ ਲਾ ਕੇ ਥੱਲੇ ਮਾਰੇ ਉਦੀ ਮਰਜ਼ੀ ਹੋਏ ਤੇ ਇੱਕ ਮਿੰਟ ਚ ਭਿਖਾਰੀ ਤੋਂ ਰਾਜਾ ਬਣਾ ਦੇਵੇ ਇਸ ਕਰਕੇ ਮੈਂ ਕੁਝ ਨਹੀਂ ਆ ਇਹ ਸੋਚ ਲਓ ਕਿ ਹੋ ਹੀ ਨਹੀਂ ਸਕਦਾ ਮੇਰੇ ਚ ਕੀ ਹੈ ਕਿ ਮੈਂ ਕੁਝ ਕਰ ਜਾਵਾਂ ਠੀਕ ਹੈ ਫਿਰ ਵਾਪਸ ਆਈਏ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕੰਮੜੇ ਵਿਸਾਰ ਸਾਨੂੰ ਪ੍ਰੇਰਣਾ ਦਿੱਤੀ ਜਾ ਰਹੀ ਹੈ ਤਾੜਨਾ ਵੀ ਦਿੱਤੀ ਜਾ ਰਹੀ ਹੈ ਕਿ ਹੁਣੇ ਹੀ ਹੁਣੇ ਹੀ ਸੁਧਰ ਜਾਓ ਵਿਸਾਰ ਦੋ ਉਹ ਕੰਮ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂ ਕੀ ਹੋਏਗਾ ਅੱਗੇ ਕਿੱਥੇ ਜਾਣਾ ਸੀ ਮਤ ਸ਼ਰਮਿੰਦਾ ਥੀ ਵਹੀ ਕਿਹਦੇ ਦਰਬਾਰ ਚ ਮੇਰੇ ਪਿਆਰੇ ਸਾਈਂ ਦੇ ਦਰਬਾਰ ਚ ਜਿੱਥੇ ਮੈਂ ਜਾਣਾ ਹੈ ਹਨਾ ਇਹ ਵੀ ਸਾਈਂ ਦਾ ਦਰਬਾਰੀ ਹੈ ਹੁਣ ਆਪਾਂ ਕਹਿੰਦੇ ਨੇ ਅੱਗੇ ਜਾ ਕੇ ਦੇਖੀ ਜਾਏਗੀ ਓਕੇ ਕਹਿੰਦੇ ਨੇ ਇਹ ਜੱਗ ਮਿੱਠਾ ਅਗਲਾ ਕਹਿੰਦੇ ਮਿੱਠਾ ਇਦਾਂ ਦੀ ਕੋਈ ਗੱਲ ਨਹੀਂ ਹੈ ਹਨਾ ਇੱਥੇ ਹੀ ਵੇਖ ਲਓ ਇੱਥੇ ਹੀ ਇੱਥੇ ਸਾਰਾ ਕੁਝ ਭੁੱਲ ਜਾਓ 1 ਮਿੰਟ ਲਈ ਅਗਲੇ ਨੂੰ ਇੱਥੇ ਹੀ ਦੇਖ ਲਓ ਕੌਣ ਆਪਣਾ ਜੀਵਨ ਇਦਾਂ ਜੀ ਰਿਹਾ ਕਿ ਮੈਨੂੰ ਅੰਦਰ ਠੰਡ ਹੈ ਬਿਲਕੁਲ ਮੈਨੂੰ ਸੈਟੀਸਫੈਕਸ਼ਨ ਹੈ ਜੋ ਵਾਹਿਗੁਰੂ ਨੇ ਮੈਨੂੰ ਦਿੱਤਾ ਹੈ ਮੈਂ ਉਹਦੇ ਚ ਖੁਸ਼ ਆ ਸੈਟੀਸਫਾਈਡ ਆ ਜੇ ਆਹੀ ਇੱਕ ਚੀਜ਼ ਆਪਾਂ ਲੈ ਲਈ ਨਾ ਤੇ ਸਾਡਾ ਜੀਵਨ ਸਵਰਗ ਬਣ ਜਾਏਗਾ ਇੱਕ ਤਾਂ ਸਾਡਾ ਗੁਰੂ ਨਾਲ ਪਿਆਰ ਪੈ ਜਾਏਗਾ ਕਿਉਂਕਿ ਦੇਖੋ ਨਾ ਜੇ ਗੁਰੂ ਨੇ ਸਾਨੂੰ ਜੋ ਦਿੱਤਾ ਉਹਨੂੰ ਇਹ ਲੱਗ ਰਿਹਾ ਕਿ ਸਾਡੇ ਜੀਵਨ ਲਈ ਉਹੀ ਠੀਕ ਹੈ ਗੁਰੂ ਵੱਡਾ ਪਰਮਾਤਮਾ ਵੱਡਾ ਕਿ ਐਸੀ ਵੱਡਿਆ ਕੌਣ ਵੱਡਾ ਪਰਮਾਤਮਾ ਜੇ ਵੱਡਾ ਤੇ ਅਸੀਂ ਤਾਂ ਬੜੀ ਲੰਬੀ ਲਿਸਟ ਲਾ ਕੇ ਪਰਮਾਤਮਾ ਘੁਮਾਨਾ ਪਰਮਾਤਮਾ ਘੁਮਾਨਿਆ ਸੰਡੇ ਨੂੰ ਸੰਡੇ ਗੁਰਦੁਆਰੇ ਆਣਿਆ ਬੱਤਾ ਬਾਜਟ ਹੈ ਕਿਦਾਂ ਪਹਿਲਾਂ ਆਪਣੀ ਪੂਰੀ ਲਿਸਟ ਪੜ੍ਹ ਕੇ ਸੁਣਾ ਦਿੰਦੇ ਆ ਵਾਹਿਗੁਰੂ ਮੈਨੂੰ ਆ ਵੀ ਚਾਹੀਦਾ ਮੈਨੂੰ ਆ ਵੀ ਚਾਹੀਦਾ ਮੈਨੂੰ ਆਹਨੇ ਚੰਗਾ ਲੱਗਾ ਮੇਰੇ ਕਰਜਾ ਹੋ ਰਿਹਾ ਹੈ ਇਹਦਾ ਮਤਲਬ ਅਸੀਂ ਹੁਕਮ ਕਰ ਰਹੇ ਹਾਂ ਨਾ ਪਰਮਾਤਮਾ ਨੂੰ ਠੀਕ ਹੈ ਅਸੀਂ ਦੁੱਖ ਤਾਂ ਸਾਂਝਾ ਕਰ ਸਕਦੇ ਹਾਂ ਪਰਮਾਤਮਾ ਨਾਲ ਕਿ ਵਾਹਿਗੁਰੂ ਇਦਾਂ ਚੱਲ ਰਿਹਾ ਹੈ ਕਿਰਪਾ ਕਰੋ ਮੈਨੂੰ ਸਮੱਤ ਬਖਸ਼ੋ ਕਿ ਇਦਾਂ ਚੱਲੇ ਮੈਨੂੰ ਸਮੱਤ ਬਖਸ਼ੋ ਅਸੀਂ ਕਿਸੇ ਨੂੰ ਨਹੀਂ ਉਂਗਲੀ ਕਰ ਸਕਦੇ ਪਹਿਲਾਂ ਆਪਣੇ ਦੇ ਗਰੀਵਾਨ ਮੈਂ ਪਹਿਲਾਂ ਆਪਣੇ ਕੋਲਰ ਥਲੇ ਦੇਖੋ ਕਿ ਮੈਂ ਕਿੱਥੇ ਸਟੈਂਡ ਕਰਦਾ ਮੈਂ ਕਿੱਥੇ ਸਟੈਂਡ ਕਰਦੀ ਹਾਂ ਅਸੀਂ ਕੀ ਕਰਦੇ ਹਾਂ ਇਹਦਾ ਮਤਲਬ ਜੋ ਵਾਈਗਰੂ ਨੇ ਸਾਡੇ ਲਈ ਬਣਾਇਆ ਹੈ ਪਲਾਨ ਜੋ ਜੋ ਸਾਨੂੰ ਦਿੱਤਾ ਉਹ ਸਾਨੂੰ ਮਨਜ਼ੂਰੀ ਨਹੀਂ ਇਹ ਗੱਲ ਪ੍ਰੂਵ ਹੋ ਜਾਂਦੀ ਹੈ ਨਾ ਜਾਂ ਦੇਖੋ ਤੁਸੀਂ ਪ੍ਰੈਕਟੀਕਲ ਲੈ ਕੇ ਚੱਲੋ ਹਰ ਇੱਕ ਗੱਲ ਨੂੰ ਭਾਵੇਂ ਛੋਟੀ ਤੋਂ ਛੋਟੀ ਗੱਲ ਚਲੀ ਹੈ ਪਰ ਉਹਨੂੰ ਪ੍ਰੈਕਟੀਕਲੀ ਦੇਖੋ ਕਿ ਜਾਂ ਤਾਂ ਉਧਰ ਹੋਣਾ ਪਏਗਾ ਜਾਂ ਉਧਰ ਹੋਣਾ ਪਏਗਾ ਇੱਕ ਪਾਸੇ ਤਾਂ ਹੋਣਾ ਹੀ ਪਏਗਾ ਜੇ ਅਸੀਂ ਉਹ ਚੀਜ਼ ਕਰ ਰਹੇ ਹਾਂ ਇਹਦਾ ਮਤਲਬ ਅਸੀਂ ਹਾਲੇ ਪ੍ਰਮਾਣਗੀ ਨਹੀਂ ਕੀਤੀ ਕਿ ਹਾਂਜੀ ਵਾਈਗਰੂ ਜੀ ਜੋ ਤੁਸੀਂ ਮੈਨੂੰ ਦਿੱਤਾ ਠੀਕ ਹੈ ਮੈਂ ਇਸ ਤਰ੍ਹਾਂ ਚਾਹਿਆ ਸੀ ਇਹ ਵੀ ਮੰਨਦੇ ਹਾਂ ਠੀਕ ਹੈ ਮੇਰਾ ਮੇਰਾ ਜੀ ਕਰਦਾ ਸੀ ਮੈਨੂੰ ਆਹ ਚੀਜ਼ ਮਿਲੇ ਮੇਰੀ ਲਾਈਫ 'ਚ ਯਾ ਮੇਰੇ ਨਾਲ ਇਦਾਂ ਹੋਏ ਪਰ ਉਹ ਨਹੀਂ ਹੋਇਆ ਕਿਸੇ ਕਾਰਨ ਕਰਕੇ ਠੀਕ ਹੈ ਠੀਕ ਹੈ ਉਹਦਾ ਦੁੱਖ ਵੀ ਹੋ ਸਕਦਾ ਪਰ ਆਪਾਂ ਹੌਲੀ ਹੌਲੀ ਇਸ ਅਵਸਥਾ ਤੇ ਆਣੇ ਕਿ ਅਸੀਂ ਕਿਹਾ ਵਾਈਗੁਰੂ ਜੀ ਮੇਰਾ ਜੀ ਤਾਂ ਇਦਾਂ ਕਰਦਾ ਸੀ ਪਰ ਤੁਸੀਂ ਜੋ ਕੀਤਾ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਮੇਰੇ ਚੰਗੇ ਲਈ ਹੈ ਉਹ ਮੇਰੇ ਭਲੇ ਲਈ ਹੈ ਵੱਡਾ ਦੁੱਖ ਤਾਂ ਸਾਡੀ ਜ਼ਿੰਦਗੀ 'ਚ ਇਹੀ ਹੈ ਕਿ ਅਸੀਂ ਜੋ ਹੋ ਰਿਹਾ ਸਾਡੀ ਲਾਈਫ ਅਸੀਂ ਉਹ ਅਸੈਪਟ ਹੀ ਨਹੀਂ ਕਰ ਰਹੇ ਅਸੀਂ ਕਹਿੰਦੇ ਨਹੀਂ ਇਦਾਂ ਨਹੀਂ ਇਦਾਂ ਸੀ ਬਸ ਇੱਕ ਉਹੀ ਹਰ ਇੱਕ ਪਲ 'ਚ ਹਰ ਇੱਕ ਖਿੰਡ 'ਚ ਅਸੀਂ ਉਸ ਚੀਜ਼ ਨੂੰ ਕੁਝ ਹੋਰ ਚਾ ਰਹੇ ਆ ਉਹਦੇ ਕਰਕੇ ਕੀ ਹੋ ਰਿਹਾ ਅਸੀਂ ਦੁੱਖ ਪਾ ਰਹੇ ਆ ਦੁੱਖ ਪਾਈ ਜਾ ਰਹੇ ਆ ਪਾਈ ਜਾ ਰਿਆ ਤੇ ਮੁੱਕ ਵੀ ਜਾਣਾ ਅਸੀਂ ਸਾਡੇ ਦੁੱਖ ਪਾਣ ਨਾਲ ਪਰਮਾਤਮਾ ਨੇ ਆਪਣੀ ਵਿਦ ਨਹੀਂ ਚੇਂਜ ਕਰ ਦੇਣੀ ਉਹ ਤਾਂ ਹੱਸ ਰਿਹਾ ਹੋਵੇਗਾ ਕਿ ਮੈਂ ਆਪਣੇ ਪੁੱਤ ਨੂੰ ਬਣਾ ਕੇ ਭੇਜਿਆ ਸੀ ਇਦਾਂ ਕਿ ਤੂੰ ਜਾ ਕੇ ਮੈਨੂੰ ਸਿਮਰੀ ਜੋ ਮੈਂ ਕਰਾਂਗਾ ਉਹਦੇ ਚ ਤੂੰ ਖੁਸ਼ ਨਹੀਂ ਤੇ ਉਹ ਕੀ ਕਰ ਰਿਹਾ ਉਹ 24 ਘੰਟੇ ਮੇਰੇ ਨਾਲ ਲੜ ਰਿਹਾ ਤੁਸੀਂ ਆਪਣੇ ਘਰ ਦੀ ਗੱਲ ਲਓ ਆਪਣੇ ਘਰ ਦਾ ਸਿਨੈਰੀਓ ਲਵੋ ਤੁਸੀਂ ਫਾਦਰ ਹੋ ਜਾਂ ਮਦਰ ਹੋ ਤੁਹਾਡਾ ਬੱਚਾ ਜਾਂ ਬੱਚੀ ਹੈ ਤੁਸੀਂ ਉਹਦੇ ਕੋਈ ਪੇਰੈਂਟ ਮੈਨੂੰ ਨਹੀਂ ਲੱਗਾ ਇਸ ਦੁਨੀਆ 'ਚ ਇਦਾਂ ਦਾ ਹੋਏਗਾ ਕੋਈ ਪਸ਼ੂ ਹੋਏ ਤੇ ਵੱਖਰੀ ਗੱਲ ਏ ਜਿਹੜਾ ਆਪਣੇ ਬੱਚਿਆਂ ਦਾ ਮਾੜਾ ਚਾਹੇਗਾ ਕੋਈ ਵੀ ਮਾਪੇ ਹਮੇਸ਼ਾ ਆਪਣੇ ਬੱਚੇ ਦਾ ਜਿੰਨਾ ਉਹ ਕਰ ਸਕਦੇ ਨੇ ਭਲਾ ਹੀ ਚਾਹੁੰਦੇ ਹੁੰਦੇ ਨੇ ਤੇ ਜੇ ਬੱਚਾ ਆ ਕੇ ਹਰ ਗੱਲ ਤੇ ਕਹੀ ਨੇ ਮੈਂ ਤਾਂ ਇਦਾਂ ਚਾਹੁੰਦਾ ਸੀ ਮੈਂ ਤਾਂ ਇਦਾਂ ਚਾਹੁੰਦੀ ਸੀ ਤੈਨੂੰ ਪਤਾ ਨਹੀਂ ਮੈਨੂੰ ਕੀ ਚਾਹੀਦਾ ਤੁਸੀਂ ਮੈਨੂੰ ਦਿੱਤਾ ਨਹੀਂ ਕੀ ਚਾਹੀਦਾ ਉਹ ਆਖਰ ਉਸ ਪਿਤਾ ਨੂੰ ਉਸ ਮਾਤਾ ਨੂੰ ਕਿਦਾਂ ਫੀਲ ਹੋਏਗਾ ਹੈਨਾ ਉਹ ਉਹ ਪਿਤਾ ਸਾਡਾ ਹੰਬਾਰਕ ਪਿਤਾ ਪ੍ਰਭ ਦਾਤਾ ਉਹ ਪਿਤਾ ਸਾਡੇ ਸਾਰਿਆਂ ਦਾ ਇਹ ਨਹੀਂ ਕਿ ਮੇਰਾ ਹੀ ਆ ਉਹਦਾ ਹੀ ਆ ਇਦਾਂ ਨਹੀਂ ਸਾਰਿਆਂ ਦਾ ਸਾਜਾ ਤੇ ਉਹ ਉਹ ਸਾਰਿਆਂ ਨੂੰ ਹੀ ਪਿਆਰ ਕਰ ਰਿਹਾ ਕੱਲ ਗੱਲ ਕੀਤੀ ਸੀ ਨਾ ਕਿ ਗੁਰਨਾਣ ਸਾਹਿਬ ਨੂੰ ਪੁੱਛਿਆ ਸੀਗਾ ਤੁਸੀਂ ਇਸ ਦੁਨੀਆ 'ਚ ਕਰਨ ਕਿ ਆਏ ਹੋ ਕੀ ਮਕਸਦ ਹੈ ਤੜਾਂ ਦਾ ਤੇ ਗੁਰਨਾਣ ਸਾਹਿਬ ਨੇ ਤਿੰਨ ਗੱਲਾਂ ਦੇ ਵਿੱਚ 3 ਪੁਆਇੰਟਸ ਦੇ ਵਿੱਚ ਮੇਰੀ ਵਾਇਸ ਕਰਾਉਂਦਾ ਜਵਾਬ ਦਿੱਤਾ ਸੀ ਪਹਿਲੀ ਗੱਲ ਸੀ ਕਹਿੰਦੇ ਮੈਂ ਸਾਖੀ ਪਰਣਾ ਆਇਆ ਕਿ ਰੱਬ ਹੈ ਕਹੀ ਨਾ ਜਾਓ ਕਿ ਹਾਂ ਰੱਬ ਹੈ ਰੱਬ ਨੇ ਕੀਤਾ ਫਿਰ ਅਸੀਂ ਇਹ ਵੀ ਕਹਿ ਦਿੰਨੇ ਆ ਰੱਬ ਨੇ ਮੈਨੂੰ ਆ ਨਹੀਂ ਦਿੱਤਾ ਇਹ ਤਾਂ ਮਤਲਬ ਰੱਬ ਅਸੀਂ ਕਹੀ ਤਾਂ ਜਾ ਰਹੇ ਆ ਪਰ ਪੂਰਨ ਵਿਸ਼ਵਾਸ ਹੋਇਆ ਨਹੀਂ ਕਹਿੰਦੇ ਮੈਂ ਸਾਖੀ ਪਰਣਾਇਆ ਕਿ ਰੱਬ ਹੈ ਤੁਹਾਡੇ ਅੰਗ ਸੰਗ ਹੈ ਔਰ ਉਹ ਤੁਹਾਨੂੰ ਬਹੁਤ 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 ਪਿਆਰ ਕਰਦਾ ਹੈ ਜਦੋਂ ਅਸੀਂ ਇਹ ਸੋਚ ਲਾਂਗੇ ਅਸੀਂ ਕਿਦਾਂ ਕੁਐਸਚਨ ਕਰ ਲਾਂਗੇ ਵਾਹਿਗੁਰੂ ਨੂੰ ਵਾਹਿਗੁਰੂ ਤਾਂ ਮੇਰਾ ਚੰਗਾ ਨਹੀਂ ਕੀਤਾ ਕਰ ਹੀ ਨਹੀਂ ਪਾਵਾਂਗੇ ਠੀਕ ਹੈ ਦੂਸਰੀ ਗੱਲ ਕੀ ਗਈ ਸੀ ਕਹਿੰਦੇ ਉਪਦੇਸ਼ ਦੇ ਨਾ ਆ ਇਸ ਚੀਜ਼ ਨੂੰ ਪੱਕਾ ਕਰ ਲੋ ਕਿ ਤੁਰਦੇ ਆ ਤੁਰਨਾ ਵੀ ਤੁਸੀਂ ਉਹਦੇ ਪਿਆਰ ਚ ਖਾਣਾ ਵੀ ਉਹਦੇ ਪਿਆਰ ਚ ਪਹਿਨਣਾ ਵੀ ਉਹਦੇ ਪਿਆਰ ਚ ਜੋ ਕੁਝ ਕਰਨਾ ਹੈ ਉਹਦੇ ਪਿਆਰ ਚ ਤੇ ਉਹਦੇ ਪਾਉ ਚ ਹਨਾ ਕੱਲ ਜਾ ਕੇ ਕਿੰਨੇ ਗੁਰੂ ਨਾਨਕ ਦੇਵ ਜੀ ਨਾਲ ਸੁੱਤੇ ਸੀਗੇ ਵਾਹਿਗੁਰੂ ਨੂੰ ਕਿੰਨੇ ਨੇ ਯਾਦ ਕੀਤਾ ਸੀ ਕਿ ਆਜੋ ਵਾਹਿਗੁਰੂ ਜੀ ਸਾਈਂ ਇਹੋ ਜਿਹੀ ਆਪਾਂ ਗੱਲ ਕੱਢੀ ਸੀ ਕਿਸੇ ਨੇ ਕੀਤਾ ਸੀ ਹੱਥ ਖੜਾ ਕਰੋ ਜੇ ਕਿਸੇ ਨੇ ਕੀਤਾ ਸੀ ਸ਼ਰਮਾਓ ਨਾ ਆਪਾਂ ਵਿਚਾਰ ਕਰ ਰਹੇ ਆ ਕੀਤਾ ਸੀ ਤਾਂ ਮੈਨੂੰ ਪਤਾ ਲੱਗੇ ਨਾ ਕਿ ਕੀ ਕਿਦਾਂ ਫੀਲ ਹੋਇਆ ਸੀਗਾ ਕਿਸੇ ਨੇ ਕੀਤਾ ਸੀ ਘਰ ਜਾ ਕੇ ਕਿ ਆ ਜੋ ਵਾਈਗੁਰੂ ਜੀ ਹੁਣ ਆਪਾਂ ਚੱਲਿਆਂ ਆਰਾਮ ਕਰਨ ਫਿਰ ਅਸੀਂ ਸਵੇਰੇ ਅੰਮ੍ਰਿਤ ਵੇਲੇ ਵੀ ਵਾਈਗੁਰੂ ਜੀ ਇਕੱਠੇ ਹੀ ਉੱਠਣਾ ਏਦਾਂ ਕਿਸੇ ਨੇ ਟਰਾਈ ਕੀਤਾ ਸੀ ਹਾਂਜੀ ਕਿ ਨਹੀਂ ਜੀ ਕੀਤਾ ਸੀ ਅੱਛਾ ਕਿੱਦਾਂ ਲੱਗਿਆ ਫਿਰ ਅੱਛਾ ਚਲ ਠੀਕ ਹੈ ਮੈਨੂੰ ਪਤਾ ਹੈ ਕਿ ਕਈ ਵਾਰ ਸੰਗਤ 'ਚ ਤੁਸੀਂ ਆਪਣੀ ਗੱਲ ਖੋਲ੍ਹ ਕੇ ਨਹੀਂ ਦੱਸਣਾ ਚਾਹੁੰਦੇ ਮੈਂ ਸਮਝ ਸਕਦੀ ਆ ਉਹ ਗੱਲ ਐਸ ਲੰਗ ਐਸ ਤੁਸੀਂ ਕੀਤਾ ਸੀ ਠੀਕ ਹੈ ਉਹੀ ਹੈ ਉਹੀ ਅੰਗ ਸੰਗ ਉਹਨੂੰ ਮਹਿਸੂਸ ਕਰਨਾ ਹੈ ਠੀਕ ਹੈ ਤੇ ਤੀਸਰੀ ਗੱਲ ਕੀ ਕਹੀ ਸੀ ਕਿ ਅਸੀਂ ਮਨੁੱਖ ਤੋਂ ਦੇਵਤੇ ਬੰਨਾ ਹੈ ਵਾਇਗੁਰੂ ਜੀ ਕਿਉਂ ਆਏ ਗੁਰੂ ਨਾਨਕ ਦੇਵ ਜੀ ਕਿਉਂ ਆਏ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਅਸੀਂ ਬਸ ਉਹ ਦੇਵਤੇ ਹੀ ਬੰਨਾ ਹੈ ਵਾਇਗੁਰੂ ਜੀ ਤੇ ਗੁਰੂ ਨਾਨਕ ਦੇਵ ਜੀ ਤਾਂ ਆ ਗਏ ਸਾਨੂੰ ਦੇਵਤੇ ਬਣਾਣ ਪਰ ਅਸੀਂ ਉਸ ਚੀਜ਼ ਨੂੰ ਮੰਨਣਾ ਵੀ ਹੈ ਐਕਸੈਪਟ ਵੀ ਕਰਨਾ ਹੈ